ਅਸਲਾਮੁਆਲੇਕ ਜੋਨਾ ਮੋੜ ਇੱਕ ਬੜਾ ਤਗੜਾ ਡਾਕੂ ਜਿੱਥੇ ਬੜੀਆਂ ਫਿਲਮਾਂ ਤੇ ਗਾਣੇ ਤੁਸੀਂ ਦੇਖੇ ਹੋਣਗੇ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੱਚਾਈ ਦੱਸਾਂਗੇ ਕਿ ਜੋਨਾ ਮੋੜ ਕਿਸ ਤਰ੍ਹਾਂ ਡਾਕੂ ਬਣਿਆ ਉਹਨੂੰ ਲੋਕ ਇੰਨਾ ਜ਼ਿਆਦਾ ਕਿਉਂ ਪਸੰਦ ਕਰਦੇ ਸੀ ਤੇ ਜੋਨੇ ਮੋੜ ਦਾ ਖਾਤਮਾ ਕਿਸ ਤਰ੍ਹਾਂ ਹੋਇਆ ਇਹ ਸਾਰੀਆਂ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਪੂਰੀ ਕਹਾਣੀ ਨਹੀਂ ਦੱਸਾਂਗੇ ਉਹੀ ਗੱਲਾਂ ਦੱਸਾਂਗੇ ਜੋ ਗਾਣਿਆਂ ਜਾਂ ਫਿਲਮਾਂ 'ਚ ਨਹੀਂ ਦੱਸੀਆਂ ਗਈਆਂ ਜੌਣਾ ਮੋੜ ਦੀ ਉਮਰ 22-23 ਸਾਲ ਸੀ ਜਦੋਂ ਉਹ ਡਾਕੂ ਬਣਿਆ ਸੀ ਹੁਣ ਇੱਥੇ ਇਹ ਵੀ ਦਿਖਾਇਆ ਜਾਂਦਾ ਚਿੱਠੀ ਮਿਲੀ ਫੇਰ ਉਹ ਡਾਕੂ ਬਣ ਗਿਆ ਡਾਕੂ ਬਨਣ ਤੋਂ ਬਾਅਦ ਫਿਰ ਉਹ ਡਾਕੇ ਮਾਰੀ ਗਿਆ ਸਾਰੇ ਉਹਨੇ ਚੰਗੇ ਕੰਮ ਕੀਤੇ ਤੇ ਅਖੀਰ 'ਚ ਬਹੁਤ ਸਾਲਾਂ ਬਾਅਦ ਫਿਰ ਉਹਨੇ ਡੋਗਰ ਨੂੰ ਮਾਰਿਆ ਨਹੀਂ ਜਿਸ ਦਿਨ ਜੌਣਾ ਮੋੜ ਉਹ ਚਿੱਠੀ ਪੜਦਾ ਹੈ ਉਦੋਂ ਹੀ ਉਹ ਸੌਂ ਖਾ ਲੈਂਦਾ ਕਿ ਅਗਲੇ ਦਿਨ ਡੋਗਰ ਨੂੰ ਮਾਰੂ ਕੱਲ ਹੀ ਡੌਗਰ ਨੂੰ ਮਾਰੂੰ ਕਿਉਂਕਿ ਤੱਤਾ ਖੂਨ ਸੀ ਬਾਗੀ ਖੂਨ ਸੀਗਾ ਆਪਦੇ ਭਰਾ ਨਾਲ ਹੋਈ ਗੱਦਾਰੀ ਦੀ ਜਦੋਂ ਖਬਰ ਸੁਣੀ ਫਿਰ ਵੇਟ ਥੋੜੀ ਨਾ ਕਰੂਗਾ ਬੰਦਾ ਕਿ 2 ਮਹੀਨੇ ਬਾਅਦ ਮਾਰੂੰ ਜਾਂ 4 ਮਹੀਨੇ ਬਾਅਦ ਮਾਰੂੰ ਜਾਂ ਸਾਲ ਬਾਅਦ ਮਾਰੂੰ ਸੌਂ ਖਾਂਦਾ ਫਿਰ ਜਿਉਣਾ ਮੋੜ ਤੇ ਕੱਲ ਨੂੰ ਮਾਰਾਂਗੇ ਉੱਥੇ ਫਿਰ ਜਿਉਣੇ ਮੋੜ ਦੇ ਚਾਰ ਸਾਥੀ ਨਾਲ ਜਾਂਦੇ ਨੇ ਚਤਰਾ ਅਤਰਾ ਦੇਵਾ ਤੇ ਇੱਕ ਦੂਲੋ ਪੰਜਵਾਂ ਜਿਉਣਾ ਮੋੜ ਖੁਦ ਅਗਲੇ ਦਿਨ ਫਿਰ ਤੁਰ ਪੈਂਦੇ ਨੇ ਇਹ ਡੋਗਰ ਨੂੰ ਮਾਰਨ ਇਹ ਜਿਹੜਾ ਡੋਗਰ ਸੀ ਇਹ ਬਹੁਤ ਤਕੜਾ ਬੰਦਾ ਸੀਗਾ ਸਰੀਰ 'ਚ ਵੀ ਬਹੁਤ ਤਕੜਾ ਸੀ ਵੈਸੇ ਰੁੱਤ ਵਿੱਚ ਵੀ ਬਹੁਤ ਤਕੜਾ ਬੰਦਾ ਸੀਗਾ 11 ਪਿੰਡਾਂ ਦਾ ਚੌਧਰੀ ਸੀਗਾ ਪਿੰਡ ਸੀਗਾ ਇਹਦਾ ਹਰਿਆਊ ਧਰਮ ਦਾ ਸੀਗਾ ਇਹ ਮੁਸਲਮਾਨ ਪੂਰਾ ਨਾਮ ਸੀਗਾ ਅਹਿਮਦ ਡੋਗਰ ਸੱਤ ਸਾਢੇ ਸੱਤ ਫੁੱਟ ਦਾ ਤਾਂ ਕੱਦ ਸੀ ਉਹਦਾ ਕਈ ਵਾਰ ਪੁਲਸ ਵਾਲੇ ਵੀ ਡਰ ਜਾਂਦੇ ਸੀ ਇੱਕ ਵਾਰ ਕਹਿੰਦੇ ਪੁਲਸ ਵਾਲਾ ਆਇਆ ਸੀਗਾ ਕੋਈ ਹਥਕੜੀ ਲਾਉਣ ਲੱਗਿਆ ਡੋਗਰ ਨੂੰ ਹਥਕੜੀ ਫੇਟੀ ਨਹੀਂ ਆਈ ਕਪੜੇ ਇਹ ਜੇ ਪਾਉਂਦਾ ਸੀ ਵੀ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਫੇਲ ਕਰ ਦਿੰਦਾ ਸੀ ਔਰ ਡਾਕੂ ਵੀ ਸੀਗਾ ਪੂਰਾ ਚੋਟੀ ਦਾ ਡਾਕ ਜਾਂਦੇ ਜਾਂਦੇ ਫਿਰ ਇਹਨਾਂ ਨੂੰ ਰਾਤ ਹੋ ਜਾਂਦੀ ਆ ਰਾਤ ਕੱਟਦੇ ਨੇ ਇਹ ਦੋ ਦੜਾਏ ਇੱਕ ਪਿੰਡ ਉਹ ਦੋ ਦੜੇ ਪਿੰਡ ਇੱਕ ਡੇਰਾ ਸੀ 나ਥਾਂ ਦਾ ਡੇਰਾ ਉਹ ਡੇਰੇ 'ਚ ਫਿਰੇ ਰਾਤ ਕੱਟਦੇ ਨੇ ਉੱਥੇ ਹੀ ਫਿਰ ਜਿਉਣਾ ਮੋੜ ਸੌਂ ਖਾਂਦਾ ਏ ਕਿ ਇਹ ਮਿਲ ਜੇ ਸਾਨੂੰ ਘਰੇ ਡੋਗਰ ਕਿ ਜੇ ਮੈਂ ਡੋਗਰ ਨੂੰ ਮਾਰਤਾ ਤਾਂ ਮੈਂ ਨੈਣਾ ਦੇਵੀ ਮਾਤਾ ਤੇਰੇ ਛੱਤਰ ਚੜਾ ਕੇ ਜਾਊਂਗਾ ਸਿਉਣੇ ਦਾ ਉਸ ਤੋਂ ਬਾਅਦ ਫਿਰ ਪਹੁੰਚ ਜਾਂਦੇ ਨੇ ਉਹਦੇ ਪਿੰਡ ਉਹਦੇ ਘਰੇ ਨਹੀਂ ਜਾਂਦੇ ਬਾਹਰ-ਬਾਹਰ ਇੱਕ ਕਿਤੇ ਖੇਤ 'ਚ ਕੋਈ ਮੱਝਾਂ ਬੱਕਰੀਆਂ ਚਰਾ ਰਿਹਾ ਸੀਗਾ ਜੌਣਾ ਮੋੜ ਫਿਰ ਉੱਥੇ ਚਿੱਠੀ ਲਿਖਦਾ ਏ ਉੱਥੇ ਫਿਰ ਜਿਹੜਾ ਵਗ ਚਰਾ ਰਿਹਾ ਸੀ ਉਹ ਬੰਦਾ ਉਹਨੂੰ ਚਿੱਠੀ ਦੇ ਕੇ ਡੋਗਰ ਕੋਲ ਭੇਜਿਆ ਜਾਂਦਾ ਹੁਣ ਡੋਗਰ ਦੀ ਇੱਥੇ ਗੱਲ ਕਰੀਏ ਜਦੋਂ ਡੋਗਰ ਨੂੰ ਚਿੱਠੀ ਮਿਲੀ ਉਹ ਵੀ ਦੇਖੋ ਕੈਸਾ ਬੰਦਾ ਸੀਗਾ ਡਰਿਆ ਨਹੀਂ ਹੈਗਾ ਉਹ ਚਿੱਠੀ ਮਿਲੀ ਉਹਨੂੰ ਗੱਡੀ ਆਵਦੀ ਬੰਦੂਕ ਕਹਿੰਦਾ ਕੋਈ ਗੱਲ ਨਹੀਂ ਆ ਝਾੜਾਂ ਦਾ ਗਿੱਦੜਾ ਕਹਿੰਦਾ ਇਹਨੂੰ ਮਿੰਟ ਜ ਮਾਰ ਕੇ ਆ ਜਾਣਾ ਮੈਂ ਇੱਕ ਤਾਂ ਉਹਦੇ ਕੱਦ ਕਾਠ ਦਾ ਹੰਕਾਰ ਉਹਨੂੰ ਦੂਜਾ ਉਹਦੇ ਰਤਬੇ ਦਾ ਹੰਕਾਰ ਉਹਨ ਪਰ ਉਹ ਇਹ ਭੁੱਲ ਗਿਆ ਸੀ ਕਿ ਮੱਥਾ ਮੇਰਾ ਕਿਹੜੇ ਬੰਦੇ ਨਾਲ ਲੱਗਣ ਜਾ ਰਿਹਾ ਹੈ ਡੋਗਰ ਦੇ ਦੋ ਵਿਆਹ ਸੀਗੇ ਉਹਦੀ ਘਰ ਵਾਲੀਆਂ ਨੇ ਬਹੁਤ ਮਿੰਤਾਂ ਤਰਲੇ ਕੀਤੇ ਵੀ ਨਾ ਜਾ ਨਾ ਜਾ ਨਾ ਜਾ ਕਿਉਂਕਿ ਉਹਨਾਂ ਨੇ ਵੀ ਜਿਉਣੇ ਮੋੜ ਦੇ ਕਿਸੇ ਸੁਣੇ ਹੋਏ ਸੀ ਨਹੀਂ ਮੰਨਦਾ ਡੋਗਰ ਚੱਕਦਾ ਉਥੋਂ ਕਹਿੰਦੇ ਘੋੜੀ ਲਾਲ ਘੋੜੀ ਸੀ ਉਹਦੇ ਕੋਲ ਤੇ ਰਫਲ ਚੱਕਦਾ ਪਠਾਨੀ ਰਫਲ ਸੀ ਉਹਦੇ ਕੋਲ ਬਹੁਤ ਤਕੜੀ ਰਫਲ ਹੁੰਦਾ ਘੋੜੀ ਤੇ ਸਵਾਰ ਤੇ ਜਿਉਣੇ ਹੋਣਾ ਵੱਲ ਨੂੰ ਹੋ ਜਾਂਦਾ ਮਗਰ ਵੀ ਉਹਦੇ ਜਾਂਦੇ ਨੇ ਲੋਕ ਪਰ ਉਹ ਇੰਨੀ ਸਪੀਡ ਨਾਲ ਘੋੜੀ ਲੈ ਕੇ ਜਾਂਦਾ ਵੀ ਸਾਰਿਆਂ ਨੂੰ ਪਿੱਛੇ ਛੱਡ ਦਿੰਦਾ ਪਹੁੰਚਦਾ ਜਦੋਂ ਜਿਉਣੇ ਹੋਣਾ ਕੋਲ ਜਿਉਣਾ ਮੋੜ ਜਦੋਂ ਇਹ ਦੇਖਦਾ ਵੀ ਉਹ ਕੱਲਾ ਹੀ ਆ ਰਿਹਾ ਐ ਨਹੀਂ ਹੋਇਆ ਉੱਥੇ ਵੀ ਇਹ ਪੰਜ ਜਣੇ ਉਹ ਕੱਲਾ ਵੀ ਇਹ ਪੰਜ ਜਣੇ ਟੁੱਟ ਕੇ ਪੈ ਗਏ ਉਹਨੂੰ ਨਾ ਇਹ ਜਿਹੜੇ ਨਾਇਕ ਰਹੇ ਨੇ ਪੁਰਾਣੇ ਨਾ ਯਾ ਜੋ ਵੀ ਰਹੇ ਨੇ ਆਪਣੇ ਇਤਿਹਾਸ ਦੇ ਜਿਹੜੇ ਪੁਰਾਣੇ ਲੋਕ ਜਿਹੜੇ ਹੀਰੋ ਰਹੇ ਨੇ ਬਹਾਦਰ ਜਰਨੈਲ ਸ਼ਹੀਦ ਗੁਰੂ ਸਹਿਬਾਨ ਇਹਨਾਂ ਦੀਆਂ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਤਾਕਤਵਰ ਹੁੰਦੇ ਸੀ ਜਾਂ ਜ਼ੁਲਮੀ ਹੁੰਦੇ ਸੀ ਉਹਨਾਂ ਨਾਲ ਵੀ ੱੱਕਾ ਨਹੀਂ ਕਰਦੇ ਸੀ ਆ ਗਿਆ ਡੋਗਰ ਕੱਲਾ ਹੀ ਇਹਨੇ ਆਪਣੇ ਸਾਥੀਆਂ ਨੂੰ ਪਰਾ ਕਰਤਾ ਜਿਉਣੇ ਬੋੜ ਨੇ ਕਹਿੰਦਾ ਤੁਸੀਂ ਪਰਾ ਹੋ ਜੋ ਹੁਣ ਇਕੱਲੇ ਨੂੰ ਇਕੱਲਾ ਹੀ ਟੱਕਰੂ ਮੈਂ ਫਿਰ ਇਹ ਡੋਗਰ ਨੂੰ ਕਹਿੰਦਾ ਵੀ ਕਾਰਵਾਰ ਮੇਰੇ ਤੇ ਡੋਗਰ ਪਹਿਲਾਂ ਆ ਕੇ ਇਹਨੂੰ ਕਹਿੰਦਾ ਵੀ ਜਿਉਣਿਆ ਬੜੀ ਕਾਲੀ ਚ ਲੱਗਦਾ ਜਿੱਥੇ ਤੇਰਾ ਭਰਾ ਐ ਉੱਥੇ ਹੀ ਭੇਜ ਦੇਣਾ ਤੈਨੂੰ ਕਾਲੇ ਪਾਣੀ ਹੁਣ ਇੱਥੇ ਕਈ ਲੋਕ ਇਹ ਕਹਿ ਦਿੰਦੇ ਨੇ ਵੀ ਜੌਨੇ ਮੋੜ ਨੂੰ ਜਦੋਂ ਚੁੱਥੀ ਮਿਲੀ ਉਦੋਂ ਕਿਸ਼ਨਾ ਮਰ ਚੁੱਕਿਆ ਸੀ ਕਾਲੇ ਪਾਣੀ ਦੀ ਸਜ਼ਾ 'ਚ ਨਹੀਂ ਉਹ ਮਰਿਆ ਨਹੀਂ ਸੀ ਉਹ ਜਿਉਂਦਾ ਸੀ ਉਹ ਕਿਵੇਂ ਮਰਿਆ ਕਿਸ਼ਨਾ ਪਹਿਲਾਂ ਜੌਣਾ ਮਰਿਆ ਜਾਂ ਪਹਿਲਾਂ ਕਿਸ਼ਨਾ ਮਰਿਆ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਫਿਰ ਇਹ ਕਹਿੰਦਾ ਵੀ ਭੇਜਾਂ ਤੈਨੂੰ ਉੱਥੇ ਹੀ ਇੱਥੋਂ ਫਿਰ ਅੱਖਾਂ ਲਾਲ ਹੁੰਦੀਆਂ ਨੇ ਜੌਨੇ ਮੋੜ ਦੀਆਂ ਕਹਿੰਦਾ ਗੱਦਾਰਾ ਕੋਈ ਗੱਲ ਨਹੀਂ ਤੂੰ ਦੇਖਦੇ ਆਂ ਘਰ-ਬਾਰ ਮੇਰੇ ਤੇ ਉੱਥੋਂ ਫਿਰ ਫੈਰ ਮਾਰਦਾ ਡੋਗਰ ਫੇਰ ਉਹਦਾ ਮਿਸ ਹੋ ਜਾਂਦਾ ਦੋ ਫੇਰ ਮਾਰਦਾ ਦੋਨੋਂ ਫੇਰ ਮਿਸ ਹੋ ਜਾਂਦੇ ਨੇ ਕਈ ਲੋਕ ਹੁਣ ਇਹ ਕਹਿੰਦੇ ਨੇ ਵੀ ਜਿਹੜਾ ਇੱਕ ਫੇਰ ਸੀ ਉਹ ਜਿਉਣੇ ਮੋੜ ਦੀ ਜਿਹੜੀ ਪੱਗ ਦੇ ਉੱਪਰਲੇ ਲੜ ਨੂੰ ਖਿੰਦਾ ਹੋਇਆ ਲੰਗਿਆ ਫੇਰ ਕਰਦਾ ਏ ਜਿਉਣਾ ਮੋੜਵਾਰ ਪਹਿਲੀ ਘੋੜੀ ਘੋੜੀ ਦੇ ਵੱਜਦੀ ਆ ਘੋੜੀ ਤੋਂ ਥੱਲੇ ਡਿੱਗਦਾ ਡੋਗਰ ਹੁਣ ਇੱਥੇ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਡੋਗਰ ਘੋੜੀ ਮੋੜਨ ਲੱਗਿਆ ਸੀ ਤੇ ਘੋੜੀ ਦਾ ਗਿੱਟਾ ਮੁਚ ਗਿਆ ਤੇ ਘੋੜੀ ਥੱਲੇ ਡਿੱਗ ਪਈ। ਹੁਣੇ ਦੋ ਵਰਜ਼ਨ ਨੇ ਇੱਥੇ ਦੋਨੋਂ ਦੱਸਣੇ ਜ਼ਰੂਰੀ ਨੇ। ਪਰ ਥੱਲੇ ਤਾਂ ਡਿੱਗਿਆ ਸੀ ਡੋਗਰ। ਥੱਲੇ ਜਦੋਂ ਡਿੱਗਿਆ ਡੋਗਰ ਫੇਰ ਉਹਦੇ ਲੱਤ 'ਚ ਗੋਲੀ ਮਾਰੀ ਸੀ ਜਿਉਣਾ ਮੋੜ ਨੇ। ਲੱਤ 'ਚ ਗੋਲੀ ਮਾਰ ਕੇ ਉਹਦੇ ਕੋਲ ਗਿਆ ਤੇ ਉਹਦੀ ਛਾਤੀ ਤੇ ਪੈਰ ਰੱਖਿਆ। ਫੇਰ ਉਹਨੂੰ ਮਾਰਿਆ। ਪਿੰਡ ਦੇ ਪੁਰਾਣੇ ਲੋਕਾਂ ਦੇ ਹੀ ਦੋ ਤਿੰਨ ਵਰਜ਼ਨ ਨੇ। ਕਈ ਇਹ ਕਹਿੰਦੇ ਨੇ ਵੀ ਜਿਉਣਾ ਮੋੜ ਤੇ ਡੋਗਰ ਦੀ ਜਦੋਂ ਲੜਾਈ ਹੋ ਰਹੀ ਸੀ ਤਾਂ ਜਿਹੜੇ ਡੋਗਰ ਦੀ ਰਫਲ ਸੀ ਜਦੋਂ ਉਹਨੇ ਫਾਇਰ ਮਾਰੇ ਤਾਂ ਉਹ ਪੁਰਾਣੇ ਟਾਈਮਾਂ 'ਚ ਜਿਹੜੀਆਂ ਰਫਲਾਂ ਹੁੰਦੀਆਂ ਸੀ ਉਹ ਐ ਲਾਇਸੈਂਸੀ ਹਥਿਆਰ ਤਾਂ ਹੁੰਦੇ ਨਹੀਂ ਸੀ ਕਿਸੇ ਦੀ ਚੋਰੀ ਕਰ ਲਈ ਕਿਸੇ ਤੇ ਡਾਕਾ ਮਾਰ ਕੇ ਕਿਸੇ ਦੀ ਚੱਕ ਲਈ ਵੀ ਉਹ ਜਿਹੜੀ ਰਫਲ ਸੀ ਉਹਦੇ ਜਾਂਦਾ ਰੌਂਦ ਗਿੱਲੇ ਹੋਏ ਸੀ ਜਾਂ ਕੁਛ ਨਹੀਂ ਉਹ ਮਿਸ ਫਾਇਰ ਕਰ ਗਈ ਵੀ ਇਸ ਕਰਕੇ ਡੋਗਰ ਨੇ ਜਿਹੜੇ ਫਾਇਰ ਮਾਰੇ ਉਹ ਚੱਲੇ ਹੀ ਨਹੀਂ ਤੇ ਇਧਰੋਂ ਜਦੋਂ ਜੌਣੇ ਮੋੜ ਨੇ ਫਾਇਰ ਮਾਰੇ ਉਹ ਵੱਜੇ ਇੱਕ ਇਹ ਵਰਜ਼ਨ ਆ ਦੂਸਰਾ ਵਰਜ਼ਨ ਇਹ ਆ ਵੀ ਜਦੋਂ ਡੋਗਰ ਥੱਲੇ ਡਿੱਗਿਆ ਹੋਇਆ ਸੀ ਤਾਂ ਇਹਨਾਂ ਦੀ ਜਿਉਣੇ ਤੇ ਉਹਦੀ ਟੱਕਰ ਜਦੋਂ ਹੁੰਦੀ ਆ ਤਾਂ ਡੋਗਰ ਹਾਵੀ ਹੋ ਜਾਂਦਾ ਜਿਉਣੇ ਮੋੜ ਤੇ ਕਿਹ ਵੀ ਵਰਜਨ ਆ ਜਦੋਂ ਹਾਵੀ ਹੋ ਜਾਂਦਾ ਫਿਰ ਜਿਹੜਾ ਚਤਰਾ ਸੀ ਜਿਉਣੇ ਮੋੜ ਦੇ ਪਿੰਡ ਦਾ ਜਿਹੜਾ ਉਹਦਾ ਰਿਸ਼ਤੇਦਾਰੀ ਚ ਕਹਿ ਲੋ ਜਾਂ ਸਕਿਆਂ ਚ ਉਹਦਾ ਭਤੀਜਾ ਸੀ ਜਿਉਣੇ ਮੋੜ ਦਾ ਫਿਰ ਉਹਨੇ ਆ ਕੇ ਡੋਗਰ ਨੂੰ ਮਾਰਿਆ ਤੀਸਰਾ ਇੱਕ ਹੋਰ ਵਰਜਨ ਆ ਵੀ ਜਿਉਣੇ ਮੋੜ ਨੇ ਗੋਲੀਆਂ ਨਾ ਮਾਰਿਆ ਹੋਰ ਵਰਜਨ ਆ ਉਹ ਹੀ ਕਹਿੰਦੇ ਨੇ ਵੀ ਗੋਲੀਆਂ ਜ਼ਰੂਰ ਮਾਰੀਆਂ ਪਰ ਤੜਫ ਰਿਆ ਸੀ ਡੋਗਰ ਉਹਦੋਂ ਮਰਿਆ ਨਹੀਂ ਸੀ ਇੱਕ ਦੋ ਸਮਝ ਲਓ ਗੋਲੀਆਂ ਮਾਰੀਆਂ ਮਰੀਆਨੀ ਡੋਗਰ ਫੇਰ ਜਿਉਣੇ ਮੋੜ ਨੇ ਤਲਵਾਰ ਨਾਲ ਉਹਦਾ ਸਿਰ ਵੱਢ ਕੇ ਉਥੇ ਇੱਕ ਖੂਹ ਆ ਜਿਹਨੂੰ ਲੰਡਾ ਖੂਹ ਕਹਿੰਦੇ ਨੇ ਉਹ ਖੂਹ ਤੇ ਰੱਖਤਾ ਸਿਰ ਵੱਢ ਕੇ ਡੋਗਰ ਦਾ ਫੇਰ ਲਿਖੀ ਇੱਕ ਚਿੱਠੀ ਵੀ ਇਹ ਡੋਗਰ ਦਾ ਕਤਲ ਮੋੜਾਂ ਵਾਲੇ ਜਿਉਣੇ ਨੇ ਕੀਤਾ ਹੈ ਐਵੇਂ ਕਿਸੇ ਹੋਰ ਨੂੰ ਤੰਗ ਨਾ ਕਰੀ ਜਾਇਓ ਮੈਂ ਆਪਦੇ ਭਰਾ ਦਾ ਬਦਲਾ ਅੱਜ ਲੈ ਲਿਆ ਇਹਦੇ ਤੋਂ ਕਹਿੰਦੇ ਮੈਂ ਤਾਂ ਵੀ ਕੀਤੀ ਸੀ ਡੋਗਰ ਨੇ ਉੱਥੇ ਵੀ ਯਾਰ ਮੈਨੂੰ ਨਾ ਮਾਰ ਤੂੰ ਮੇਰੇ ਭਰਾਵਾਂ ਵਰਗਾ ਐ ਜਿਉਣਾ ਮੋੜ ਕਹਿੰਦਾ ਮੈਂ ਤੈਨੂੰ ਛੱਡ ਦਿੰਦਾ ਜੇ ਮੇਰੇ ਭਰਾ ਦਾ ਹੁਕਮ ਨਾ ਹੁੰਦਾ ਨਾ ਜੇ ਤੂੰ ਯਾਰ ਮਾਰ ਨਾ ਕੀਤੀ ਹੁੰਦੀ ਫੇਰ ਮੈਂ ਤੈਨੂੰ ਛੱਡ ਦਿੰਦਾ ਹੁਣ ਮੈਂ ਕਿਉਂ ਲਿਖਿਆ ਏ ਥੰਬਨੇਲ ਚ ਤੇ ਹੈਡਰ ਚ ਕਿ ਜੌਣਾ ਮੋੜ ਡਾਕੂ ਨਹੀਂ ਸੀ ਕਿਉਂਕਿ ਜੌਣੇ ਮੋੜ ਨੂੰ ਉਦੋਂ ਵੀ ਲੋਕ ਡਾਕੂ ਨਹੀਂ ਕਹਿੰਦੇ ਸੀ ਉਹ ਕਹਿੰਦੇ ਸੀ ਦੋ ਤਰ੍ਹਾਂ ਦੇ ਡਾਕੂ ਨੇ ਇੱਕ ਹੈਗੇ ਨੇ ਘਰ ਲੁੱਟਣ ਵਾਲੇ ਦੂਜਾ ਹੈਗਾ ਜੌਣਾ ਮੋੜ ਜਿਹੜਾ ਦੁੱਖ ਸੁਣਨ ਵਾਲਾ ਡਾਕੂ ਆ ਉਹਨੂੰ ਕਹਿੰਦੇ ਸੀ ਧਰਮੀ ਡਾਕੂ ਆ ਇਹ ਪੰਜਾਬ ਦੀਆਂ ਧੀਆ ਪੈਣਾ ਉਦੋਂ ਜੌਣੇ ਮੋੜ ਦੇ ਨਾਮ ਦੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਪੰਜਾਬ ਦੀ ਹਰ ਧੀ ਪੈਣ ਜੌਣੇ ਮੋੜ ਨੂੰ ਆਪਦਾ ਭਰਾ ਮੰਦੀ ਸੀ ਇਹੋ ਜੀ ਛਵੀ ਸੀ ਜੌਣੇ ਮੋੜ ਦੀ ਇਹੋ ਜੀ ਛਵੀ ਕਿਉਂ ਸੀ ਕੀ ਇਹ ਜੇ ਇਹਨੇ ਕੰਮ ਕੀਤੇ ਸੀਗੇ ਹੁਣ ਜੌਣਾ ਮੋੜ ਇੰਨਾ ਵੱਡਾ ਨਾਇਕ ਕਿਵੇਂ ਬਣ ਗਿਆ ڈاکੂ ਤਾਂ ਹੋਰ ਵੀ ਬੜੇ ਸੀ ਉਦੋਂ ਪੈਰ ਪੈਰ ਤੇ ڈاکੂ ਹੁੰਦੇ ਸੀ ਜੌਣਾ ਮੋੜ ਲੋਕਾਂ ਦਾ ਇੰਨਾ ਵੱਡਾ ਚਾਹੇਤਾ ਤੇ ਪੰਜਾਬ ਦਾ ਲੋਕ ਨਾਇਕ ਕਿਵੇਂ ਬਣ ਗਿਆ ਕਹਿੰਦੇ ਜੌਣੇ ਮੋੜ ਦੇ ਅਸੂਲ ਸੀਗੇ ਜਿਹਨੇ ਉਹਨੇ ਬਣਾਏ ਹੋਏ ਸੀ ਆਪਦੇ ਸਾਥੀਆਂ ਨੂੰ ਦੱਸੇ ਹੋਏ ਸੀ ਗਰੁੱਪ 'ਚ ਉਹਦੇ 13 14 ਬੰਦੇ ਸੀ ਉਹਨਾਂ ਨੂੰ ਬਿਠਾ ਕੇ ਰੋਈਆਂ 'ਚ ਉਹਨਾਂ ਨੂੰ ਕਹਿੰਦਾ ਆਹ ਮੇਰੇ ਅਸੂਲ ਨੇ ਜੇ ਇਹਨਾਂ ਦੇ ਹਿਸਾਬ ਨਾਲ ਚੱਲਣਾ ਤਾਂ ਰਹੋ ਗਰੁੱਪ 'ਚ ਨਹੀਂ ਛੱਡ ਕੇ ਕਿਸੇ ਹੋਰ ਨਾਲ ਚੱਲ ਜਾਓ ਜਾਂ ਜਿੱਥੇ ਵੀ ਚੱਲ ਜਾਓ ਕਹਿੰਦਾ ਇੱਕ ਤਾਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਡਾਕਾ ਨਹੀਂ ਮਾਰਨਾ ਕਿਸੇ ਵੀ ਗਰੀਬ ਨੂੰ ਨਹੀਂ ਲੁੱਟਣਾ ਦੂਜਾ ਕਹਿੰਦਾ ਜਿਹੜੀ ਵੀ ਲੁੱਟ ਦੀ ਰਕਮ ਹੋਊਗੀ ਲੁੱਟਿਆ ਹੋਇਆ ਮਾਲ ਹੋਊਗਾ ਉਹ ਐ ਨਹੀਂ ਵੀ ਚੋਰਾ ਵਾਂਗੂ ਇੱਥੇ ਵੰਡੀਆਂ ਪਾਲਾਂਗੇ ਆਪਸ ਵਿੱਚ ਵੰਡ ਲਾਂਗੇ ਲੁੱਟ ਕੇ ਲੋੜਵੰਦਾਂ ਨੂੰ ਦਵਾਂਗੇ ਲੁੱਟਦਾ ਵੀ ਉਹਨਾਂ ਤੋਂ ਸੀ ਜਿਹੜੇ ਲੋਕਾਂ ਨੂੰ ਲੁੱਟਦੇ ਸੀ ਉਹਨਾਂ ਤੋਂ ਲੁੱਟਦਾ ਸੀ ਤੇ ਗਰੀਬਾਂ ਨੂੰ ਲੋੜਵੰਦਾਂ ਨੂੰ ਵੰਡਦਾ ਸੀ ਆਪਦੇ ਕੋਲ ਕੁਝ ਵੀ ਨਹੀਂ ਰੱਖਦਾ ਸੀ ਨਾ ਆਪਦੇ ਸਾਥੀਆਂ ਨੂੰ ਰੱਖਣ ਦਿੰਦਾ ਸੀ ਅੰਨਾ ਮਾਲ ਲੁੱਟਿਆ ਜਿਉਣਾ ਮੋੜ ਨੇ ਬਹੁਤ ਡਾਕੇ ਮਾਰੇ ਪਰ ਆਪਦੇ ਕੋਲ ਕੁਝ ਨਹੀਂ ਰੱਖਿਆ ਨਾ ਕੋਈ ਜ਼ਮੀਨ ਜਾਇਦਾਦ ਬਣਾਈ ਨਾ ਕੋਈ ਜਾਗੀਰਾਂ ਬਣਾਈਆਂ ਨਾ ਹੀ ਕੋਈ ਮਹਿਲ ਮਨਾਰੇ ਬਣਾਏ ਰੋਈਆਂ ਹੀ ਇਹਨਾਂ ਦਾ ਘਰ ਸੀ ਤੁਰਦੇ ਫਿਰਦੇ ਜੇ ਕਿਤੇ ਜਾਂਦੇ ਤਾਂ ਲੋਕ ਪਿਆਰ ਕਰਦੇ ਸੀ ਜਿੱਥੇ ਵੀ ਰੁਕਦੇ ਮੂੰਹ ਤੇ ਦੇ ਬੰਨਿਆ ਹੁੰਦਾ ਸੀ ਉਦੋਂ ਕੱਪੜਾ ਲਾ ਕੇ ਕਹਿੰਦਾ ਸੀ ਕਿ ਰੋਟੀ ਖਾਣੀ ਆ ਜਿਨ੍ਹਾਂ ਦੇ ਘਰੇ ਰੋਟੀ ਖਾਂਦਾ ਸੀ ਨਾ ਕਹਿੰਦੇ ਉੱਥੋਂ ਹਮੇਸ਼ਾ ਪੁੱਛਦਾ ਸੀ ਵੀ ਦੱਸੋ ਆਹ ਪਿੰਡ 'ਚ ਕੋਈ ਦੁੱਖ ਤਕਲੀਫ ਹੈ ਕੋਈ ਗਰੀਬ ਗੁਰਬਾ ਜਿਹਨੂੰ ਮੇਰੀ ਲੋੜ ਹੋਵੇ ਮਦਦ ਦੀ ਕਿਸੇ ਦੀ ਧੀ ਤਿਆਣੀ ਨੂੰ ਕੋਈ ਤੰਗ ਕਰਦਾ ਹੋਵੇ ਇਹ ਅਸੂਲ ਸੀ ਉਹਦਾ ਸ਼ਾਹੂਕਾਰ ਜਿਹੜੇ ਕਿਰਤੀ ਤੇ ਮਿਹਨਤੀ ਲੋਕਾਂ ਨੂੰ ਲੁੱਟਦੇ ਰਹਿੰਦੇ ਸੀ ਤੇ ਉਹਨਾਂ ਦੀਆਂ ਜ਼ਮੀਨਾਂ ਹੜਪਣ ਦੀਆਂ ਚਾਲਾਂ ਚੱਲਦੇ ਰਹਿੰਦੇ ਸੀ ਸ਼ਾਹੂਕਾਰ ਜਿਹੜੇ ਜਿਉਣਾ ਜਾਂਦਾ ਸੀ ਉਹਨਾਂ ਦੀਆਂ ਵਹੀ ਖਾਤਿਆਂ ਨੂੰ ਹੀ ਅੱਗ ਲਾ ਦਿੰਦਾ ਸੀ ਆ ਸੀਗਾ ਜਿਉਣਾ ਮੋੜ ਤਾਂ ਬਣਿਆ ਉਹ ਲੋਕ ਨਾਇਕ ਹੁਣ ਜਿਉਣਾ ਮੋੜ ਦੇਖਣ ਨੂੰ ਕਿਹਾ ਜਾਂ ਸੀ ਹੁਣ 22 ਸਾਲ ਦਾ ਗੱਭਰੂ ਨੌਜਵਾਨ ਸੀ ਜਦੋਂ ਬਾਗੀ ਹੋਇਆ ਰਾੰਗ ਉਹਦਾ ਕਣਕਵੰਨਾ ਸੀ ਕੱਦ ਦਾ ਠੀਕ-ਠੀਕ ਸੀ ਜਿਵੇਂ ਡੋਗਰ ਬਹੁਤ ਉੱਚਾ ਸੀ ਕੱਦ ਦਾ ਜਿਉਣੇ ਮੌੜ ਦਾ ਕੱਦ ਇੰਨਾ ਜ਼ਿਆਦਾ ਨਹੀਂ ਸੀ ਸਰੀਰ ਦਾ ਭਰਮਾ ਸੀਗਾ ਨਿੱਗਰ ਸੀ ਉਹਦੇ ਨੱਕ ਤੇ ਇੱਕ ਨਿਸ਼ਾਨ ਸੀਗਾ ਜਿਹਦੀ ਵਜ੍ਹਾ ਕਰਕੇ ਬਾਅਦ ਚੋਂ ਇਹ ਫੜਿਆ ਵੀ ਜਾਂਦਾ ਇਹਦੇ ਨੱਕ ਤੇ ਉਹ ਨਿਸ਼ਾਨ ਪਿਆ ਕਿਵੇਂ ਹੁਣ ਧਰਮੀ ڈاکੂ ਸੀ ਲੋਕ ਡਰਦੇ ਨਹੀਂ ਸੀ ਜਦੋਂ ਉਹ ਦੱਸ ਦਿੰਦਾ ਸੀ ਵੀ ਜਿਉਣਾ ਤਾਂ ਹੱਥਾਂ ਤੇ ਚੱਕ ਲੈਂਦੇ ਸੀ ਲੋਕ ਰੋਟੀ ਪਾਣੀ ਖਵਾਉਂਦੇ ਸੀ ਤਾਂ ਉੱਥੇ ਹੀ ਕਿਤੇ ਵੀ ਸੌ ਜਾਂਦੇ ਸੀ ਇਹ ਇੱਕ ਵਾਰ ਕਹਿੰਦੇ ਇੱਕ ਮਿੱਤਾਂ ਸੀ ਕੋਈ ਨਾਮ ਸੀ ਉਹਦਾ ਉਹਦੇ ਖੇਤ ਚ ਇਹ ਸੌ ਜਾਂਦੇ ਨੇ ਉਦੋਂ ਇਹਦੇ ਸਿਰ ਤੇ 500 ਰੁਪਏ ਦਾ ਨਾਮ ਰੱਖਿਆ ਹੋਇਆ ਸੀ ਬਾਅਦ ਚੋਂ 1000 ਦਾ ਹੁੰਦਾ ਉਹ 1000 ਦਾ ਵੀ ਕਿਵੇਂ ਹੁੰਦਾ ਤੁਹਾਨੂੰ ਇਹ ਵੀ ਦੱਸਾਂਗੇ 500 ਰੁਪਏ ਦਾ ਨਾਮ ਰੱਖਿਆ ਹੋਇਆ ਸੀ ਆਪਦੇ ਗਰੁੱਪ ਦੇ ਨਾਲ ਉਹ ਮਿੱਤੇ ਦੇ ਖੇਤ ਚ ਸੌ ਜਾਂਦਾ ਹੈ ਜਿਉਣਾ ਮੋੜ ਮਿੱਤੇ ਦੇ ਮਨ ਚ ਆ ਜਾਂਦਾ ਲਾਲਚ ਸੇਵਾ ਬੜੀ ਕਰਦਾ ਜਦੋਂ ਸੌ ਜਾਂਦੇ ਨੇ ਇਹ ਫਿਰ ਜਾਂਦਾ ਭਵਾਨੀਗੜ ਭਵਾਨੀਗੜ ਕਚਹਿਰੀਆਂ ਲੱਗਦੀਆਂ ਹੁੰਦੀਆਂ ਸੀ ਉਦੋਂ ਮੁਖਬਰ ਬਣ ਜਾਂਦਾ ਜਾ ਕੇ ਫਿਰ ਮੁਖਬਰੀ ਕਰ ਦਿੰਦਾ ਕਿ ਜੌਣਾ ਮੋੜ ਮੇਰੇ ਖੇਤਾਂ 'ਚ ਸੁੱਤਾ ਪਿਆ ਟੱਕੇ ਡੂਕੇ ਮਾਰ ਕੇ ਥੱਕੇ ਹਾਰੇ ਆਏ ਸੀਗੇ ਦੇ ਨਹੀਂ ਸੌਂਗੇ ਉੱਥੇ ਕਿ ਹੁਣ ਉੱਠਦੇ ਨਹੀਂ ਘਟੋ ਘਟ ਤਿੰਨ ਚਾਰ ਘੰਟੇ ਕੇ ਜਾਓ ਦਬੋਚ ਲੋ ਆਉਂਦੀ ਆ ਭਵਾਨੀਗੜ ਦੀ ਪੁਲਿਸ ਘੋੜੇ ਫਰਸ਼ੂਕ ਦੇ ਆਉਂਦੇ ਨੇ ਜਦੋਂ ਜਿਹੜੀ ਜੌਣਾ ਮੋੜ ਦੀ ਘੋੜੀ ਸੀ ਬੱਗੀ ਘੋੜੀ ਬਹੁਤ ਸਿਆਣੀ ਤੇ ਬਹੁਤ ਵਫਾਦਾਰ ਘੋੜੀ ਸੀ ਹੁਣ ਰਹੇ ਨੇ ਐਵੇਂ ਜਾਨਵਰ ਪ੍ਰਾਣੇ ਜਿਹੜੇ ਜਿਉ ਆਪਾਂ ਦੇਖੀਏ ਨਾ ਇਤਿਹਾਸ ਚੱਕ ਕੇ ਜਾਨਵਰ ਬਹੁਤ ਸੂਝਵਾਨ ਤੇ ਬਹੁਤ ਵਫਾਦਾਰ ਤੇ ਬਹੁਤ ਟ੍ਰੇਨਡ ਹੁੰਦੇ ਸੀ ਕਿਉਂਕਿ ਜਿਹੜੀ ਇਹ ਘੋੜੀ ਆ ਨਾ ਇਹ ਜਿਉਨੇ ਮੋੜ ਨੇ ਇਹ ਮਹਾਰਾਜੇ ਸੀ ਜਿਹੜੇ ਪਟਿਆਲੇ ਵਾਲੇ ਨਾ ਇਹ ਕਦੇ ਉਹਨਾਂ ਦੀ ਘੋੜੀ ਹੁੰਦੀ ਸੀ ਬੱਗੀ ਘੋੜੀ ਨੇ ਜਦੋਂ ਜਦੋਂ ਪੁਲਿਸ ਦੇ ਘੋੜੇ ਦੇਖੇ ਆਉਂਦੇ ਹੋਏ ਆਵਾਜ਼ਾਂ ਸੁਣੀਆਂ ਤਾਂ ਕਹਿੰਦੇ ਹਿੰਕਣ ਲੱਗੀ ਵੀ ਠਾਵਾਂ ਮੈਂ ਜਾਉਣੇ ਮੋੜ ਨੂੰ ਪਰ ਘੋੜੀ ਨੀਂਦ ਚ ਸੀਗੇ ਇਹ ਫੱਕੇ ਹਾਰੇ ਸੀਗੇ ਨਹੀਂ ਉੱਠੇ ਇਹ ਬਹੁਤ ਉਹਨੇ ਹਣਕੀ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ ਹੁਣ ਜਾਂ ਤਾਂ ਇੱਥੇ ਬਾਈਚਾਂਸ ਲਾ ਲੋ ਜਾਂ ਤਾਂ ਇੱਥੇ ਖਿਜੀ ਹੋਈ ਨਹੀਂ ਉਹਨੇ ਮੰਜੇ ਤੇ ਪਿਆਸ ਹੀ ਜਾਉਣਾ ਮੋੜ ਮੂਹਰੇ ਚੱਕ ਕੇ ਪੈਰ ਨਾ ਜਿਹੜਾ ਖੁਰਸੀ ਨਾ ਉਹਦੇ ਮੂੰਹ ਤੇ ਮਾਰਿਆ ਹੁਣ ਖੋਰ ਉਹ ਮਜ਼ਬੂਤ ਹੁੰਦੇ ਨੇ ਤਿੱਖੇ ਹੁੰਦੇ ਨੇ ਮੂੰਹ ਤੇ ਮਾਰਿਆ ਤਾਂ ਇਹਦੇ ਨੱਕ ਤੇ ਵੱਜਿਆ ਜਾਉਣੇ ਮੋੜ ਦੇ ਲਹੂ ਲਹਾਨ ਹੋ ਗਿਆ ਉੱਥੇ ਹੁਣ ਘੋੜੀ ਦੀ ਸਿਆਣਪ ਨੇ ਇਹਨਾਂ ਦੀ ਜਾਨ ਤਾਂ ਬਚਾਤੀ ਪਰ ਉਹ ਜਿਹੜਾ ਜ਼ਖਮ ਸੀਗਾ ਉਹ ਪੱਕਾ ਪੈ ਗਿਆ ਜਿਉਣੇ ਮੋੜ ਦੇ ਹੁਣ ਮੈਂ ਇੱਥੇ ਗੱਲ ਕੀਤੀ ਸੀ ਵੀ 500 ਦਾ ਨਾਮ ਬਾਅਦ ਚ 1000 ਦਾ ਕਿਵੇਂ ਹੋਇਆ ਜਿਉਣੇ ਮੋੜ ਨੂੰ ਕਈ ਵਾਰ ਫੜ ਲਿਆ ਗਿਆ ਸੀ ਸਭ ਤੋਂ ਪਹਿਲੀ ਵਾਰ ਜਦੋਂ ਫੜਿਆ ਗਿਆ ਇਹਨੂੰ ਲੈ ਕੇ ਗਏ ਨਾਬੇ ਜੇਲ੍ਹ ਚ ਨਾਬੇ ਜੇਲ੍ਹ ਚੋਂ ਇਹ ਫਰਾਰ ਹੋ ਗਿਆ ਕਿਸੇ ਵੀ ਜੇਲ੍ਹ ਚ ਕਹਿੰਦੇ 8 ਦਿਨ ਤੋਂ ਵੱਧ ਨਹੀਂ ਕੱਟਿਆ ਇਹ ਨਾਬੇ ਦੀ ਜੇਲ੍ਹ ਚੋਂ ਫਰਾਰ ਹੋ ਗਿਆ ਜਦੋਂ ਫੇਰ ਇਹਦਾ ਨਾਮ ਸੀ ਜਿਹੜਾ ਉਹ 500 ਤੋਂ 1000 ਕਰ ਦਿੱਤਾ ਗਿਆ ਨੱਬੇ ਦੀ ਜੇਲ੍ਹ ਚੋਂ ਫਰਾਰ ਹੋਇਆ ਬਠਿੰਡੇ ਦੀ ਜੇਲ੍ਹ ਚੋਂ ਫਰਾਰ ਹੋਇਆ ਸੰਗਰੂਰ ਦੀ ਜੇਲ੍ਹ ਚੋਂ ਫਰਾਰ ਹੋਇਆ ਹੁਣ ਕਿਸ਼ਨੇ ਨੂੰ ਕਿਉਂ ਫੜਾਇਆ ਸੀ ਡੋਗਰ ਨੇ ਡੋਗਰ ਜਿਨੇ ਪੱਗਵਟ ਭਰਾ ਬਣਾਇਆ ਹੋਇਆ ਸੀ ਕਿਸ਼ਨੇ ਨੂੰ ਉਹਨੇ ਕਿਉਂ ਫੜਾਇਆ ਕਿਸ਼ਨੇ ਨੂੰ ਹਾਲਾਂਕਿ ਇਹਨਾਂ ਦੋਨਾਂ ਚ ਜਿਹੜਾ ਡਾਕੇ ਮਾਰਦਾ ਹੁੰਦਾ ਸੀ ਵੱਦ ਉਹ ਕਿਸ਼ਨਾ ਮਾਰਦਾ ਸੀ ਪੰਜ ਸਾਲ ਕਿਸ਼ਨਾ ਡਾਕੂ ਬਣਿਆ ਰਿਹਾ ਕਿਸ਼ਨਾ ਸੀਗਾ ਜਿਹੜਾ ਬਾਗੀ ਬੰਦਾ ਸੀ ਜ਼ਗੀਰਦਾਰਾਂ ਤੋਂ ਅੱਕਿਆ ਹੋਇਆ ਉਹਨਾਂ ਦੇ ਜ਼ੁਲਮ ਤੋਂ ਅੱਕਿਆ ਹੋਇਆ ਡਾਕੂ ਬਣਦਾ ਹੈ ਤੇ ਡੋਗਰ ਦੇ ਘਰੇ ਦੋ ਪੇਟੀਆਂ ਸੋਨੇ ਦੀਆਂ ਭਰੀਆਂ ਪਈਆਂ ਸੀ ਜਿਹੜੀਆਂ ਕਿਸ਼ਨਾ ਡਾਕੇ ਮਾਰ ਕੇ ਲਿਆਇਆ ਸੀਗਾ ਲੁੱਟ ਕੇ ਸੋਨਾ ਚਾਂਦੀ ਪਰ ਕਿਸ਼ਨੇ 'ਚ ਇੱਕ ਕਮਜ਼ੋਰੀ ਸੀ ਜਿਹੜੀ ਕਿ ਜੌਣੇ ਮੋੜ 'ਚ ਨਹੀਂ ਸੀ ਕਿਸ਼ਨਾ दारू ਪੀਂਦਾ ਸੀਗਾ ਇਹੀ ਕਮਜ਼ੋਰੀ ਦਾ ਫਾਇਦਾ ਚੱਕਿਆ ਸੀ ਡੋਗਰ ਨੇ ਹੁਣ ਡੋਗਰ ਨੇ ਫੜਾਇਆ ਕਿਉਂ ਜੇ ਇੰਨਾ ਹੀ ਮਾੜਾ ਬੰਦਾ ਸੀ ਡੋਗਰ ਤਾਂ ਕਿਸ਼ਨੇ ਦੀ ਇੰਨਾ ਟਾਈਮ ਯਾਰੀ ਕਿਵੇਂ ਚੱਲ ਗਈ ਡੋਗਰ ਨਾਲ ਡੋਗਰ ਨੇ ਫੜਾਇਆ ਕਿਉਂ ਇਹਦਾ ਤੁਹਾਨੂੰ ਕਾਰਨ ਦੱਸਦੇ ਆ ਕਿਸ਼ਨਾ ਜਿਹਦੀ ਦੁਸ਼ਮਣੀ ਸੀਗੀ ਇੱਕ ਜਗੀਰਦਾਰ ਨਾਲ ਉਹਦਾ ਕਤਲ ਕਰ ਦਿੰਦਾ ਉਹ ਵੀ ਬਹੁਤ ਪਹੁੰਚਿਆ ਹੋਇਆ ਸੀਗਾ ਰਾਜੇ ਮਹਾਰਾਜਿਆਂ ਦੇ ਘਰਾਂ ਤੱਕ ਪਹੁੰਚੀ ਉਹ ਬੰਦੇ ਦੀ ਉਹਦਾ ਜਦੋਂ ਕਤਲ ਕਰ ਦਿੰਦਾ ਹੈ ਕਿਸ਼ਨਾ ਤਾਂ ਉਹਦੇ ਮਗਰ ਲੱਗ ਜਾਂਦੀ ਆ ਪੁਲਿਸ ਕਿਸ਼ਨੇ ਦੇ ਘਰੇ ਪੁਲਿਸ ਮਾਰ ਲੱਗ ਜਾਂਦੀ ਹੈ ਗੇੜੇ ਉਹਦੇ ਘਰਦਿਆਂ ਨੂੰ ਤੰਗ ਕਰਨ ਲੱਗ ਜਾਂਦੀ ਆ ਉਹਦੇ ਘਰੇ ਸੀ ਜਿਉਣਾ ਹੋ ਗਿਆ ਉਹਦੇ ਮਾਪਿਓ ਹੋ ਗਏ ਤੇ ਉਹਦੀ ਭੈਣ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਸੀਗੇ ਕੁੱਟਦੇ ਸੀ ਜੌਣਾ ਮੋੜ ਨੂੰ ਬਹੁਤ ਕੁੱਟਦੇ ਸੀ ਜੌਣਾ ਮੋੜ ਤਾਂ ਉਦੋਂ ਸਾਊ ਬੰਦਾ ਸੀਗਾ ਜਮਈ ਵਿਚਾਰਾ ਇੱਕ ਮਾਤੜ ਜਾਂ ਇੱਕ ਡਰਪੂਕ ਜਾਂ ਇੱਕ ਸਾਊ ਬੰਦਾ ਜਿਹੜਾ ਲੜਾਈਆਂ ਨਾਲ ਦੂਰ ਦੂਰ ਤੱਕ ਵੀ ਕੋਈ ਵਾਹ ਨਹੀਂ ਸੀਗਾ ਕਹਿੰਦੇ ਇੰਨਾ ਕੁ ਤੰਗ ਕੀਤਾ ਕਿ ਜੌਣਾ ਮੋੜ ਆਪਦੀ ਮਾਂ ਨੂੰ ਲੈ ਕੇ ਡੋਗਰ ਦੇ ਪਿੰਡ ਪਹੁੰਚ ਜਾਂਦਾ ਜਿੱਥੇ ਸੀਗਾ ਇਹਦਾ ਵੱਡਾ ਭਰਾ ਕਿਸ਼ਨਾ ਢਾਕੂ ਉੱਥੇ ਪਹੁੰਚ ਕੇ ਜਦੋਂ ਜਾਂਦੇ ਨੇ ਇਹ ਤਾਂ ਡੋਗਰ ਤੇ ਕਿਸ਼ਨਾ दारू ਪੀ ਜਾਂਦੇ ਸੀ ਇਹ ਚੀਜ਼ ਦੇਖ ਕੇ ਉਹਦੀ ਮਾਂ ਨੂੰ ਤੇ ਜｮਣੇ ਮੋੜ ਨੂੰ ਗੁੱਸਾ ਆਉਂਦਾ ਹੈ ਉਹ ਕਹਿੰਦੇ ਨੇ ਕਿ ਤੂੰ ਇੱਥੇ ਬੈਠਾ दारू ਪੀਂਿਆ ਨਾ ਤੇਰੇ ਕਰਕੇ ਸਾਡੀ ਜ਼ਿੰਦਗੀ ਹਰਾਮ ਹੋਈ ਪਈ ਆ ਉੱਥੇ ਥੋੜੀ-ਮੋਟੀ ਘਰ ਦੀ ਲਿਹਾਜ਼ ਹੈਗੀ ਆ ਇੱਥੇ ਬੈਠਾ ਤੂੰ दारूਾਂ ਪੀਂ ਜਾਂਦਾ ਐਸ਼ ਕਰੀ ਜਾਂਦਾ ਉੱਥੇ ਕਦੇ ਪਿਓ ਨੂੰ ਚੱਕ ਕੇ ਲੈ ਜਾਂਦੇ ਨੇ ਤੇਰੇ ਨੂੰ ਪੁਲਿਸ ਵਾਲੇ ਕਦੇ ਮਾਂ ਨੂੰ ਚੱਕ ਕੇ ਲੈ ਜਾਂਦੇ ਨੇ ਕਦੇ ਤੇਰੇ ਭਰਾ ਨੂੰ ਚੱਕ ਕੇ ਲੈ ਜਾਂਦੇ ਨੇ ਤੇਰੇ ਕਰਕੇ ਤੇਰੀਆਂ ਧੀਆਂ ਭੈਣਾਂ ਥਾਣਿਆਂ 'ਚ ਰੋਲਦੀਆਂ ਫਿਰਦੀਆਂ ਨੇ ਤਾਂ ਇਹ ਗੱਲ ਜਦੋਂ ਡੋਗਰ ਨੇ ਸੁਣੀ ਡੋਗਰ ਦੇ ਮਨ 'ਚ ਇੱਥੋਂ ਬੇਇਮਾਨੀ ਪੈਦਾ ਹੋਈ ਫਿਰ ਉਹ ਇਹ ਗੱਲ ਸੋਚਦਾ ਹੈ ਕਿ ਯਾਰ ਇਹ इमोशनल ਬੰਦਾ ਹੈ ਜਿਹੜਾ ਕਿਸ਼ਨਾ ਹੈ ਕਿ ਇਹ ਆਪਣੀ ਮਾਂ ਦੇ ਹੰਝੂ ਦੇਖ ਕੇ ਕਿਤੇ ਡਾਕੇ ਮਾਰਨਾ ਛੱਡ ਨਾ ਦੇਵੇ ਘਰੇ ਜਾ ਕੇ ਜਦੋਂ ਇਹਨੂੰ ਪੁੱਛਣਗੇ ਵੀ ਕਿੱਥੇ ਆ ਲੁੱਟ ਦਾ ਮਾਲ ਫਿਰ ਮੇਰੇ ਤੋਂ ਮੰਗੂਗਾ ਆਦ ਇਹ ਇਥੋਂ ਫਿਰ ਇਹ ਜੌਣੇ ਮੋੜ ਨੂੰ ਜਿਹੜਾ ਉਹਦਾ ਜੌਣ ਸਿੰਘ ਸੀਗਾ ਜੌਣ ਸਿੰਘ ਨੂੰ ਤੇ ਕਿਸ਼ਨੇ ਦੀ ਮਾਂ ਨੂੰ ਫਿਰ ਇਹ ਝੂਠੇ ਦਿਲਾਸੇ ਦੇ ਕੇ ਭੇਜ ਦਿੰਦਾ ਕਿ ਕੋਈ ਗੱਲ ਨਹੀਂ ਮੈਂ ਸਮਝਾਉ ਕਿਸ਼ਨੇ ਨੂੰ ਕਿ ਕੋਈ ਗੱਲ ਨਹੀਂ ਪੁਲਿਸ ਤੁਹਾਨੂੰ ਹੁਣ ਨਹੀਂ ਤੰਗ ਕਰਦੀ ਫੇਰ ਖੇਡਦਾ ਹੈ ਸਕੀਮ ਕਹਿੰਦਾ ਵੀ ਮੈਂ ਆਪਦਾ ਲੁੱਟ ਦਾ maal ਵੀ ਮੇਰੇ ਕੋਲ ਹੀ ਰਹੋ ਉਦੋਂ ਕਿਸ਼ਨਾ ਸੀ ਜਿਹੜਾ ਡਾਕੂ ਇਹਦੇ ਤੇ 500 ਰੁਪਏ ਦਾ ਨਾਮ ਰੱਖਿਆ ਹੋਇਆ ਸੀ ਤੇ ਦੋ ਸੋਨੇ ਦੇ ਕੰਗਣਾਂ ਦੀ ਜੋੜੀ ਦਾ ਨਾਮ ਰੱਖਿਆ ਹੋਇਆ ਸੀ ਕਹਿੰਦਾ ਮੈਂ 500 ਰੁਪਏ ਵੀ ਲਵਾਂ ਚੰਗਾ ਵੀ ਬਣ ਜਾਉ ਪੁਲਿਸ ਸਾਹਮਣੇ ਤੇ ਸੋਨੇ ਦੇ ਕੰਗਣ ਵੀ ਆ ਜਿਹੜੀਆਂ ਪੇਟੀਆਂ ਤੇ ਗਾਗਰਾਂ ਭਰੀਆਂ ਪਈਆਂ ਨੇ ਸੋਨੇ ਦੀਆਂ ਇਹ ਵੀ ਮੇਰੇ ਕੋਲ ਰਹਿ ਜਾਣਗੀਆਂ ਫਿਰ ਉੱਥੇ ਜਿਹੜੀ ਕਿਸ਼ਨੇ ਦੀ ਕਮਜ਼ੋਰੀ ਸੀ दारू ਪੀਣ ਵਾਲੀ ਉਹਦਾ ਫਾਇਦਾ ਉਠਾਇਆ दारू ਪਿਆਈ ਉਹਨੂੰ ਰੱਜ ਕੇ ਉਦੋਂ ਬਾਅਦ ਫਿਰ ਉਹਨੂੰ ਕਹਿੰਦੇ ਸੰਗਲਾਂ ਨਾਲ ਮੰਜੇ ਤੇ ਬੰਨਤਾ ਤੇ ਬਲਾਡੇ ਉੱਠ ਗਿਆ ਬਲਾਡੇ ਉਦੋਂ ਠਾਣਾ ਹੁੰਦਾ ਸੀ ਬਲਾਡੇ ਪੁਲਿਸ ਨੂੰ ਬੁਲਾ ਲਿਆ ਹੈ ਤੇ ਕਿਸਨੇ ਨੂੰ ਫੜਾਤਾ ਕਿਸਨੇ ਨੂੰ ਹੋ ਗਈ ਕਾਲੇ ਪਾਣੀ ਦੀ ਸਜ਼ਾ ਹੁਣ ਬੈਕ ਟੂ ਆਉਣਿਆ ਉਹ ਡੌਗਰ ਮਾਰਨ ਤੇ ਵੀ ਕਿਵੇਂ ਫੜਿਆ ਜਾਂਦਾ ਜਿਉਣਾ ਕਿਵੇਂ ਫਿਰ ਇਹਦੀ ਮੌਤ ਹੁੰਦੀ ਆ ਕਿੱਥੇ ਹੁੰਦੀ ਆ ਡੌਗਰ ਨੂੰ ਜਦੋਂ ਮਾਰਿਆ ਉਦੋਂ ਬਾਅਦ ਫਿਰ ਇਹ ਜਿਹੜੀ ਆਪਦੀ ਇਹਨੇ ਮੰਨਤ ਮੰਗੀ ਹੋਈ ਸੀ ਇਹ ਕਹਿੰਦਾ ਮੈਂ ਵੀ ਇਹ ਪੂਰੀ ਕਰਨੀ ਹੈ ਕਿਸੇ ਸੁਨਿਹਾਰੇ ਨੂੰ ਪੈਸੇ ਦੇ ਕੇ ਫਿਰ ਸੋਨੇ ਦਾ ਛੱਤਰ ਬਣਾਇਆ ਫਿਰ ਇਹ ਚਾਲੇ ਪਾਉਂਦੇ ਨੇ ਨੈਣਾ ਦੇਵੀ ਦੇ ਪਹਾੜਾਂ ਵੱਲ ਨੂੰ ਮੰਦਰ ਵੱਲ ਨੂੰ ਕਿਵੇਂ ਗਏ ਮੰਦਰ ਉੱਥੇ ਫਿਰ ਇੱਕ ਡੇਰੇ ਤੇ ਜਾਂਦੇ ਨੇ ਉਹ ਮਹੰਤ ਦਾ ਨਾਮ ਸੀ ਬਾਬਾ ਮੋਹਨਪੁਰੀ ਉਹਦੇ ਨਾਲ ਬਹੁਤ ਨੇੜਤਾ ਸੀ ਜਿਉਣਾ ਮੋੜ ਦੀ ਉੱਥੋਂ ਫਿਰ ਕਹਿੰਦਾ ਵੀ ਮੈਂ ਸਾਧਵਾਨਾਂ ਥੋੜੇ ਟਾਈਮ ਵਾਸਤੇ ਮੈਨੂੰ ਸਾਧਾਂ ਵਾਲੇ ਵਸਤਰ ਚਾਹੀਦੇ ਨੇ ਉੱਥੋਂ ਫਿਰ ਪੌਂਦਾ ਉਸ ਸਾਧਾਂ ਵਾਲੇ ਪੇਸ਼ਟ ਆਉਂਦਾ ਜਿਉਣਾ ਮੋੜ ਘੋੜਿਆਂ ਤੇ ਫਿਰ ਨਹੀਂ ਜਾਂਦੇ ਇਹ ਉੱਥੇ ਫਿਰ ਬੱਗੀ ਘੋੜੀ ਨੂੰ ਕਿਤੇ ਛੱਡ ਦਿੰਦੇ ਨੇ ਉੱਥੋਂ ਪੈਦਲ ਨਿਕਲਦੇ ਨੇ ਮੇਰੇ ਫਿਰ ਉੱਥੋਂ ਚੱਲ ਕੇ ਸਾਧਾਂ ਦੇ ਪੇਸ਼ਚ ਜਾਉਣੇ ਮੋੜ ਹੁਣੀ ਆਨੰਦਪੁਰ ਸਾਹਿਬ ਹੁੰਦੇ ਹੋਏ ਪਹੁੰਚਦੇ ਨੇ ਨੈਣਾ ਦੇਵੀ ਮੰਦਿਰ ਪੁਲਿਸ ਨੂੰ ਫਿਰ ਕਿਵੇਂ ਪਤਾ ਲੱਗਦਾ ਇੰਨਾ ਚੋਂ ਹੀ ਇੱਕ ਮੁਖਬਰ ਬਣਦਾ ਹੈ ਜਿਹੜਾ ਮੈਂ ਦੱਸਿਆ ਸੀ ਨਾ ਬਚਨਾ ਹੁਣੇ ਪੁਰਾਣੇ ਲੋਕ ਇਹ ਕਹਿੰਦੇ ਨੇ ਵੀ ਬਚਨੇ ਨੇ ਮੁਖਬਰੀ ਕੀਤੀ ਪੁਲਿਸ ਕੋਲ ਵੀ ਜਾਉਣਾ ਮੋੜ ਛੱਤਰ ਚੜਾਉਣ ਚੱਲਿਆ ਜੇ ਹੋ ਸਕਦਾ ਤਾਂ ਫੜ ਲਓ ਲਾਗੀ ਪੁਲਿਸ ਪਿੱਛੇ ਹੁਣ ਪੁਲਿਸ ਨੂੰ ਪਛਾਣ ਤਾਂ ਹੈ ਨਹੀਂ ਸੀ ਕਹਿੰਦੇ ਫਿਰ ਪੁਲਿਸ ਵੀ ਪੇਸ਼ ਬਦਲ ਕੇ ਕੁਝ ਕੁ ਸਾਧੂਆਂ ਦੇ ਪੇਸ਼ ਕੁਝ ਕੁ ਸ਼ਰਧਾਲੂ ਬਣ ਕੇ ਉੱਥੇ ਪਹੁੰਚ ਜਾਂਦੇ ਨੇ ਨੈਣਾਦੇਵੀ ਮਾਤਾ ਦੇ ਮੰਦਿਰ ਤੇ ਦੇਖਦੇ ਰਹਿੰਦੇ ਨੇ ਵੀ ਹਾਂ ਸੋਨੇ ਦਾ ਛਤਰ ਕੌਣ ਚੜਾਊਗਾ ਜਿਵੇਂ ਹੀ ਜਿਉਣਾ ਮੋੜ ਸੋਨੇ ਦਾ ਛਤਰ ਚੜਾਉਂਦਾ ਹੈ ਕੇਰਾ ਪੈ ਜਾਂਦਾ ਉਹਨੂੰ ਕੇਰਾ ਜਦੋਂ ਪੈ ਜਾਂਦਾ ਫਿਰ ਉੱਥੋਂ ਭਜਦਾ ਜਿਉਣਾ ਮੋੜ ਭਜਦੇ ਭਜਦੇ ਫਿਰ ਉਹ ਪਹਾੜ ਆ ਜਿਹੜਾ ਉਹ ਖਤਮ ਹੋ ਜਾਂਦਾ ਕਹਿ ਲਓ ਉਹਦਾ ਤਨਾਰ ਆ ਜਾਂਦਾ ਉੱਥੋਂ ਜੌਣਾ ਮੋੜ ਨੇ ਛਾਲ ਮਾਰੀ ਸੀ ਇਹ ਗੱਲ ਪੱਕੀ ਆ ਹੁਣ ਕਈ ਜਿਵੇਂ ਫਿਲਮਾਂ ਪਹਿਲੀ ਫਿਲਮ ਆਈ ਸੀ ਜਿਹੜੀ ਉਹਦੇ ਚ ਇਹ ਦਿਖਾਇਆ ਗਿਆ ਸੀ ਕਿ ਉੱਥੇ ਹੀ ਮਰ ਗਿਆ ਸੀ ਜੌਣਾ ਮੋੜ ਉੱਥੇ ਹੀ ਗੋਲੀਆਂ ਮਾਰ ਕੇ ਮਾਰਤਾ ਸੀ ਹੁਣ ਮੈਂ ਤੁਹਾਨੂੰ ਉਹ ਚਤਰੇ ਦੀ ਦੱਸੀ ਹੋਈ ਗੱਲ ਦੱਸਦਾ ਜਿਹੜਾ ਉੱਥੇ ਮੌਕੇ ਤੇ ਵੀ ਮੌਜੂਦ ਸੀ ਜੌਣੇ ਮੋੜ ਦਾ ਸਾਥੀ ਸੀ ਉਹਦੇ ਪਿੰਡ ਦਾ ਸੀ ਉਹਨੇ ਅੱਗੇ ਫਿਰ ਆਪਦੇ ਪਿੰਡਦਿਆਂ ਨੂੰ ਦੱਸੀ ਜੌਣੇ ਮੋੜ ਨੇ ਛਾਲ ਮਾਰੀ ਉਦੀ ਲੱਤ ਤੇ 60 ਵੱਜੀ ਸੀ ਸਿਰਫ ਕੁਝ ਨਹੀਂ ਸੀ ਹੋਇਆ ਹੋਰ ਉਹਨੂੰ ਲੱਤ ਤੇ 60 ਵੱਜੀ ਜਦੋਂ ਕਹਿੰਦੇ ਇਹ ਚਤਰਾ ਵੀ ਕੋਲ ਚੱਲ ਗਿਆ ਤਾਂ ਜਿਉਣਾ ਮੋੜ ਸੀ ਜਿਹੜਾ ਉਹਨੂੰ ਭੱਜ ਕੇ ਪਿਆ ਕਿ ਤੂੰ ਇੱਥੇ ਕੀ ਕਰਨਾ ਹੈ ਕਿ ਮੈਂ ਤਾਂ ਹੁਣ ਫੜਿਆ ਹੀ ਜਾਣਾ ਕਿ ਤੁਸੀਂ ਨਿਕਲ ਜਾਓ ਇੱਥੋਂ ਮੇਰੇ ਕਰਕੇ ਤੁਸੀਂ ਮਾਰੇ ਜਾਓਗੇ ਤੁਸੀਂ ਨਿਕਲੋ ਇੱਥੋਂ ਇੱਕ ਤਾਂ ਹੁਣ ਹੈਗਾ ਆਗੂ ਸੀ ਦੂਜਾ ਲੱਗਦਾ ਵੀ ਵੱਡੇ ਥਾਂ ਸੀ ਫਿਰ ਚਤਰਾ ਉੱਥੋਂ ਨਿਕਲਿਆ ਆਇਆ ਇਹਦੇ ਕਹੇ ਤੋਂ ਜੋਣੇ ਮੋੜ ਨੂੰ ਫੜ ਲਿਆ ਪੁਲਿਸ ਨੇ ਸਾਧਾਂ ਦੇ ਪੇਸ਼ ਚ ਸੀ ਇਹ ਹੀ ਨਹੀਂ ਕਨਫਰਮ ਹੋਇਆ ਉਹਨਾਂ ਨੂੰ ਵੀ ਹਾਂ ਇਹੀ ਜੋਣਾ ਮੋੜ ਆ ਕਿਉਂਕਿ ਬਹੁਤੀ ਪਛਾਣ ਨਹੀਂ ਸੀਗੀ ਜੋਣਾ ਮੋੜ ਦੀ ਆਮ ਲੋਕਾਂ ਨੂੰ ਸੀਗੀ ਉੱਥੇ ਫਿਰ ਜਿਹੜਾ ਚਤਰਾ ਸੀ ਉੱਥੇ ਉਹ ਭੀੜ 'ਚ ਖੜਾ ਸੀ ਬਾਕੀ ਲੋਕਾਂ ਨਾਲ ਇਹ ਚਤਰੇ ਦੇ ਕਹਿਣ ਦੇ ਮੁਤਾਬਿਕ ਜਿਹੜਾ ਉਹਨੇ ਉਹ ਆਪਦੇ ਬਾਅਦ 'ਚ ਪਿੰਡ ਦੇ ਲੋਕਾਂ ਨੂੰ ਦੱਸਿਆ ਉਹ ਕਹਿੰਦਾ ਕਿ ਮੈਂ ਇੱਥੇ ਸੋਚਿਆ ਕਿ ਯਾਰ ਮੈਂ ਕੀ ਕਰਾਂ ਤੇ ਐ ਤਾਂ ਨਹੀਂ ਵੀ ਮਤਲਬ ਜੋਣੇ ਮੋੜ ਨੂੰ ਪੁਲਿਸ ਚੱਕ ਕੇ ਲੈ ਜੂ ਐ ਤਾਂ ਦੇਖਿਆ ਨਹੀਂ ਜਾਣਾ ਮੇਰ ਤੋਂ ਇੰਨਾ ਸੌਖਾ ਤਾਂ ਨਹੀਂ ਲਿਆਂਦਦਾ ਕਹਿੰਦਾ ਰੋਲਾ ਪਾਤਾ ਮੈਂ ਉੱਥੇ ਫਿਰ ਛਤਰੇ ਨੇ ਰੋਲਾ ਪਾਤਾ ਵੀ ਤੁਸੀਂ ਸਾਧੂ ਸੰਤ ਨੂੰ ਕਿਵੇਂ ਫੜ ਲਿਆ ਵੀ ਕੀ ਕਸੂਰ ਆ ਤੁਸੀਂ ਸਿੱਖ ਸਾਧ ਨੂੰ ਤੰਗ ਕਰ ਰਹੇ ਹੋ ਕਹਿੰਦਾ ਛਤਰ ਤਾਂ ਮੈਂ ਚੜਾਇਆ ਕਹਿੰਦਾ ਤੁਹਾਡਾ ਦਿਮਾਗ ਖਰਾਬ ਆ ਵੀ ਇਹ ਜੋਣਾ ਮੋੜ ਇੰਨਾ ਵੱਡਾ ਕਹਿੰਦੇ ਡਾਕੂ ਉਹ ਆਪ ਆਊਗਾ ਛਤਰ ਚੜਾਉਣ ਉਹਦੇ ਇੰਨੇ ਸਾਥੀ ਨੇ ਇੰਨੇ ਉਹਦੇ ਚੇਲੇ ਨੇ ਉਹ ਕਿਸੇ ਨੂੰ ਵੀ ਭੇਜ ਸਕਦਾ ਕਹਿੰਦਾ ਮੈਨੂੰ ਭੇਜਿਆ ਉਹਨੇ ਫਿਰ ਆਪ ਦੇ ਉੱਤੇ ਲਿਆ ਉਹ ਕਹਿੰਦਾ ਮੈਨੂੰ ਭੇਜਿਆ ਸੀ ਮੈਂ ਚੜਾਇਆ ਛਤਰ ਉਹਨੂੰ ਫੜ ਲਿਆ ਉਹਨੂੰ ਫੜ ਕੇ ਫਿਰ ਭੇਜਤਾ ਸੀ ਲੁਧਿਆਣੇ ਲੁਧਿਆਣੇ ਤੋਂ ਫਿਰ ਉਹਨੂੰ ਭੇਜਿਆ ਗਿਆ ਸੀ ਕਾਲੇ ਪਾਣੀ ਇਧਰੋਂ ਫਿਰ ਜਾਉਣੇ ਮੋੜਨਾ ਕੀ ਹੋਇਆ ਇਹ ਬਾਅਦ ਚੋਂ ਦੱਸਦਾ ਜਿਹੜਾ ਚਤਰਾ ਸੀ ਉਹ ਚਤਰੇ ਨੂੰ ਜਦੋਂ ਕਾਲੇ ਪਾਣੀ ਭੇਜਦਾ ਉਹ ਚਤਰੇ ਦੇ ਨਾਲ ਜਾਉਣੇ ਦਾ ਵੱਡਾ ਭਰਾ ਕਿਸ਼ਨਾ ਵੀ ਉੱਥੇ ਹੀ ਸੀ ਹੁਣ ਇਹ ਕਹਿੰਦੇ ਨੇ ਨਾ ਕਈ ਵੀ ਕਿਸ਼ਨਾ ਮਰ ਗਿਆ ਸੀ ਪਹਿਲਾਂ ਕਿਸ਼ਨਾ ਮਰਿਆ ਨਹੀਂ ਸੀ ਬਾਅਦ ਚੋਂ ਫਿਰ ਜਾਉਣੇ ਮੋੜ ਦੀ ਮੌਤ ਤੋਂ ਬਹੁਤ ਟਾਈਮ ਬਾਅਦ ਇਹ ਕਿਸ਼ਨਾ ਤੇ ਚਤਰਾ ਇਹਨਾਂ ਨੂੰ ਰਹਾ ਕਰ ਦਿੱਤਾ ਗਿਆ ਸੀ ਇਹ ਫਿਰ ਮੌੜਾਂ ਪਿੰਡ ਆ ਗਏ ਸੀ ਜਿਉਣੇ ਮੌੜ ਦੀ ਮੌਤ ਤੋਂ 35 ਸਾਲ ਬਾਅਦ ਤੱਕ ਚਤਰਾ ਜਿਉਂਦਾ ਰਿਹਾ ਉਹਨੇ ਆਪ ਸਾਰੇ ਜਿਉਣੇ ਮੌੜ ਦੇ ਕਿੱਸੇ ਲੋਕਾਂ ਨੂੰ ਦੱਸੇ ਤੇ ਜਿਹੜਾ ਜਿਉਣੇ ਮੌੜ ਦਾ ਵੱਡਾ ਭਰਾ ਸੀ ਕਿਸ਼ਨਾ ਉਹ ਕਈ ਸਾਲਾਂ ਬਾਅਦ ਫਿਰ ਖੇਤੀ ਕਰਦਾ ਸੱਪ ਲੜ ਕੇ ਮਰਿਆ ਸੀ ਜਿਉਣੇ ਮੌੜ ਨਾਲ ਉੱਥੇ ਫਿਰ ਕੀ ਹੋਇਆ ਹੁਣ ਕਈ ਕਹਿੰਦੇ ਨੇ ਕਿ ਉੱਥੇ ਹੀ ਗੋਲੀਆਂ ਮਾਰਤੀਆਂ ਸੀ ਉੱਥੇ ਗੋਲੀਆਂ ਨਹੀਂ ਸੀ ਮਾਰੀਆਂ ਉਥੋਂ ਫੜਕੇ ਲੈ ਗਏ ਸੀ ਜਿਉਣੇ ਮੌੜ ਨੂੰ ਸੰਗਰੂਰ ਦੀਆਂ ਕਚਹਿਰੀਆਂ ਚ ਫਿਰ ਉਹਦਾ ਕੇਸ ਚੱਲਿਆ ਸੀ ਉੱਥੇ ਉਹਨੂੰ ਸਜ਼ਾ ਸੁਣਾਈ ਗਈ ਸੀ ਮੌਤ ਦੀ ਸਜ਼ਾ ਭੇਜਿਆ ਸੀ ਫਿਰ ਉਹਨੂੰ ਹਸਾਰ ਜੇਲ੍ਹ ਚ ਉੱਥੇ ਫਿਰ ਕਿਕਰ ਦੇ ਦਰਖਤ ਨਾਲ ਬੰਨ ਕੇ ਜਿਉਣੇ ਮੌੜ ਨੂੰ ਫਾਹਾ ਦੇ ਦਿੱਤਾ ਗਿਆ ਸੀ ਇਹ ਸੀ ਜਿਉਣੇ ਮੌੜ ਦਾ ਇਤਿਹਾਸ ਹੁਣ ਇਹ ਚੀਜ਼ਾਂ ਮੈਂ ਆਪਦੇ ਕੋਲ ਨਹੀਂ ਦੱਸ ਰਿਹਾ ਕਿਉਂਕਿ ਜਿਹੜਾ ਇਤਿਹਾਸ ਹੁੰਦਾ ਉਹਦੇ ਬਹੁਤ ਪੱਖ ਹੁੰਦੇ ਨੇ ਹੁਣ ਜਿਵੇਂ ਮੈਂ ਚਤਰੇ ਦਾ ਨਾਮ ਲੈਣਾ ਕਿ ਬਹੁਤ ਆਥੈਂਟਿਕ ਸੋਰਸ ਜਿਹੜੇ ਚੱਕ ਕੇ ਉਹਨਾਂ ਤੋਂ ਹੀ ਤੁਹਾਨੂੰ ਦੱਸਿਆ ਜਾਵੇ ਜੜੀਆਂ ਗੱਲਾਂ ਤੁਹਾਡੇ ਤੱਕ ਨਹੀਂ ਪਹੁੰਚੀਆਂ ਕਿਉਂਕਿ ਫਿਲਮਾਂ ਵਿੱਚ ਕਈ ਵਾਰ ਗੱਲਾਂ ਹੋਰ ਬਣਾ ਦਿੱਤੀਆਂ ਜਾਂਦੀਆਂ ਵਧਾ ਚੜਾ ਕੇ ਜਾਂ ਇਧਰੋਂ ਉਧਰੋਂ ਪਾਲੇ ਪਾਲੀਆਂ ਜਾਂਦੀਆਂ ਗਾਣਿਆਂ ਵਿੱਚ ਕੁਝ ਹੋਰ ਦਿਖਾ ਦਿੱਤਾ ਜਾਂਦਾ ਪਰ ਮੈਂ ਕੋਸ਼ਿਸ਼ ਇਹ ਕੀਤੀ ਆ ਕਿ ਹਾਂ ਤੁਹਾਡੇ ਤੱਕ ਸੱਚ ਬਹੁਤ ਨਜ਼ਦੀਕੀ ਰੂਪ ਚ ਪਹੁੰਚ ਸਕੇ ਪਰ ਫਿਰ ਵੀ ਕਈ ਵਾਰ ਗੱਲਾਂ ਦੱਸਦੇ ਆਂ ਕਈ ਵਾਰ ਇਧਰ ਉਧਰ ਗੱਲਾਂ ਹੋ ਜਾਂਦੀਆਂ ਨੇ ਉਹਦੇ ਲਈ ਅਸੀਂ ਮਾਫੀ ਮੰਗਦੇ ਆਂ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਜੋਨਾ ਮੋੜ ਇੱਕ ਬੜਾ ਵੱਡਾ ਡਾਕੂ ਦੋਸਤੋ ਜੀ ਤੁਸੀਂ ਅੱਜ ਸਾਰੀ ਜਿਹੜੀ ਹਕੀਕਤ ਸੀ ਕਹਾਣੀ ਉਹ ਸੁਣੀ ਵੈਸੇ ਤੁਸੀਂ ਫਿਲਮਾਂ ਕਾ ਡਰਾਮਿਆਂ ਵਿੱਚ ਤੇ ਗਾਣਿਆਂ ਵਿੱਚ ਕਈ ਕਹਾਣੀਆਂ ਹੁੰਦੀਆਂ ਡਰਾਮਿਆਂ ਵਿੱਚ ਫਿਲਮਾਂ ਵਿੱਚ ਤੇ ਗਾਣੇ ਵਿੱਚ ਤੁਹਾਨੂੰ ਪਤਾ ਕਈ ਗੱਲਾਂ ਨਾ ਉਹ ਫਿਲਮਾਂ ਦੇ ਵਿੱਚ ਮਿਰਚ ਮਸਾਲਾ ਪਾਉਣ ਵਾਸਤੇ ਜਜ਼ਬਾਤੀ ਬਣਾਉਣ ਵਾਸਤੇ ਗੱਲਾਂ ਹੋਰ ਬਣਾਈ ਜਾਂਦੀਆਂ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਹ ਸਾਥੀ ਸੀ ਪਤਰਾ ਉਹਦੀ ਉਹਨੇ ਜਿਹੜੀਆਂ ਗੱਲਾਂ ਦੱਸੀਆਂ ਜੋਨੇ ਮੋੜ ਦੀਆਂ ਉਹੀ ਤੁਹਾਨੂੰ ਦੱਸਿਆ ਗਿਆ ਲੇਕਿਨ ਇਹ ਜਿਹੜੀ ਸਾਰੀ ਸਟੋਰੀ ਹੈ ਇਹ ਤੋਂ ਸਬਕ ਹਾਸਲ ਕਰਨਾ ਚਾਹੀਦਾ ਵਾ ਸਾਨੂੰ ਤਿੰਨ ਚਾਰ ਤਰ੍ਹਾਂ ਦੀਆਂ ਗੱਲਾਂ ਮਿਲਦੀਆਂ ਕਿਸ ਤਰ੍ਹਾਂ ਇੱਕ ਤੇ ਜਿਹੜੀ ਬੁਰਾ ਕੰਮ ਹੈ ਉਹਦਾ ਬੁਰਾ ਹੀ ਨਤੀਜਾ ਵਾ ਉਹਦਾ ਭਰਾ ਨਸ਼ਾ ਕਰਦਾ ਸੀ ਦੇਖੋ ਉਹ ਹੀ ਉਹਦਾ ਵੈਰ ਪਿਆ ਦੂਸਰਾ ਜਦੋਂ ਤੱਕ ਆਪਣੇ ਨਾਲ ਦਾ ਬੰਦਾ ਗੱਦਾਰੀ ਨਾ ਕਰੇ ਆਪਣੇ ਨਾਲ ਘਰ ਦਾ ਜੀ ਸੂ ਨਾ ਦੇਵੇ ਉਨੀ ਦੇਰ ਤੱਕ ਕੋਈ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਕੋਈ ਤੁਹਾਨੂੰ ਫੜ ਨਹੀਂ ਸਕਦਾ ਕੋਈ ਤੁਹਾਡੀ ਚੋਰੀ ਨਹੀਂ ਕਰ ਸਕਦਾ ਕੋਈ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ ਤੇ ਤੀਸਰਾ ਕੀ ਭਲਾ ਕਰੋ ਬੁਰਾਈ ਦਾ ਕੰਮ ਜਿਹੜਾ ਉਹਦਾ ਅੰਤ ਬੁਰਾਈ ਹੈ ਬੁਰਾਈ ਦਾ ਕਦੀ ਵੀ ਅੰਤ ਚੰਗਾ ਨਹੀਂ ਹੋ ਸਕਦਾ ਚਾਹੇ ਤੁਸੀਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ ਜਿਹੜੀ ਬੁਰਾਈ ਹੈ ਉਹਨੇ ਬੁਰਾਈ ਰਹਿਣੀ ਹੈ ਤੇ ਦੋਸਤੋ ਤੁਹਾਨੂੰ ਅੱਜ ਦੀ ਦੋ ਤੇ ਦੋਸਤੋ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਕਮੈਂਟ ਕਰਕੇ ਸਾਨੂੰ لازਮੀ ਦੱਸਿਓ ਆਪਣਾ ਢਿੱਡ ਦਾ ਖਿਆਲ ਰੱਖਿਓ ਰੱਬਾ